ਸਮਝਦਾ ਵੀ ਸਰਕਾਰਾਂ ਨੂੰ ਇਹ ਵਹਿਮ ਹੋ ਚੁੱਕਾ, ਮਤਮਸਤ ਹੋ ਚੁੱਕੀ ਹੋਈ ਹੈ ਵੀ ਅਸੀਂ ਬੰਦਵੇਂ ਜੋਗਵੇਂ ਨਾਲ ਜਿੱਤਣੇ ਅਤੇ ਅਸੀਂ ਲੋਕਾਂ ਨਾਲ ਕੀ ਕਰਨਾ, ਸਿਰਫ ਔਰ ਸਿਰਫ ਐਡਾ ਰਾਹੀਂ ਫਲੈਕਸਾਂ ਵੋਟਾਂ ਰਾਹੀਂ ਆਪਣੇ ਕੁੱਕੇ ਆਪ ਗਾਈ ਜਾਂਦੇ ਆ। ਤੁਸੀਂ ਕੱਲ੍ਹ ਦੀਆਂ ਪਰਸੋਂ ਦੀਆਂ ਜਿਹੜੀਆਂ ਇਲੈਕਟ੍ਰੋਨਿਕ ਮੀਡੀਆ ਜਾਂ ਪ੍ਰਿੰਟ ਮੀਡੀਆ 'ਚ ਤੁਸੀਂ ਜੋ ਮੈਂ ਨਿਊਜ਼ਾਂ ਦੇਖੀਆਂ, 4161 ਜਿਹੜੇ ਆ ਟੀਚਰਸ ਨੂੰ ਇਹਨਾਂ ਨੇ ਅਪੋਇੰਟਮੈਂਟ ਲੈਟਰ ਦਿੱਤੇ, ਬਟ ਉਹ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਜੁਆਇਨਿੰਗ ਨਹੀਂ ਕਰਵਾਈ ਗਈ ਕਿਤੇ, ਅਤੇ ਉਲਟ ਜਦੋਂ ਉਹਨਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਖਿਲਾਫ ਲਾਠੀ ਚਾਰਜ ਕੀਤਾ ਗਿਆ। ਮੈਂ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦਾ, ਜੇ ਤੁਸੀਂ ਮੁਲਾਜ਼ਮਾਂ ਨੂੰ ਅਪੋਇੰਟਮੈਂਟ ਲੈਟਰ ਜਾਰੀ ਕੀਤੇ ਆ, ਫਿਰ ਆਹ ਮੁਲਾਜ਼ਮ ਕੌਣ ਦੇਣਗੇ ਤੁਹਾਨੂੰ? ਜਿਹੜੇ ਧਰਨਾ ਪ੍ਰਦਰਸ਼ਨ ਕਰਦੇ ਹੋ, ਚਾਹੇ ਰੋਡਵੇਜ਼ ਦੇ ਮੁਲਾਜ਼ਮ ਹੋ, ਚਾਹੇ ਪੁਰਾਣੇ ਪੈਨਸ਼ਨ ਸਕੂਲ ਦੇ ਜਿਹੜੇ ਪੈਨਸ਼ਨਰ ਜਿਹੜੇ ਕਰਮਚਾਰੀ ਲੱਗੇ ਹੋਏ ਆ, ਡੀਸੀ ਆਫਿਸ ਦੇ ਵਿੱਚ ਕਰਮਚਾਰੀ ਜਿਹੜੇ ਲੱਗੇ, ਸਾਰੇ ਹੜਤਾਲਾਂ ਦੇ ਬੈਠੇ ਆ, ਤਾਂ ਸਿਰਫ ਔਰ ਸਿਰਫ ਝੁੱਕੇ ਪ੍ਰਚਾਰ ਦੇ ਦਮ ਦੇ ਉੱਤੇ ਆਪਣੀ ਛਾਤੀ ਆਪ ਆਪਣੀ ਹੇਕ ਆਪ ਚੁੱਕੀ ਜਾਂਦੇ ਆ। ਅਦਰਵਾਈਜ਼ ਜ਼ਮੀਨੀ ਸਤਰ ਦੇ ਉੱਤੇ ਮੈਂ ਸਮਝਦਾ ਕੁਛ ਨਹੀਂ ਹੋਇਆ। ਕੀ ਕਾਰਨ ਲੱਗਦਾ ਆਮ ਲੋਕਾਂ ਦੀ ਸਰਕਾਰ ਹੈ, ਆਮ ਲੋਕਾਂ ਦੀ ਗੱਲ ਨਹੀਂ ਸੁਣਦੀ ਸਾਨੂੰ? ਅਸੀਂ ਕਿੱਦਾਂ ਕਹਿ ਸਕਦੇ ਆਮ ਲੋਕਾਂ ਦੀ ਸਰਕਾਰ ਆ? ਆਮ ਲੋਕ ਤਾਂ ਵਿਚਾਰੇ ਕਿੰਨਾ ਸਾਡਾ ਵਾਅਦੇ ਕੀਤੇ ਜਾਂਦੇ ਨਾ। ਦੇਖੋ ਆਮ ਲੋਕ ਜਿਹੜਾ ਕੌਣ ਆ? ਆਮ ਲੋਕ ਜਿਹੜਾ ਵਿਚਾਰਾ ਮਜ਼ਦੂਰ ਆ, ਜਿਹੜਾ ਕਾਗਜ਼ ਚੁੱਕਦਾ, ਅਸੀਂ ਤਾਂ ਉਹਨੂੰ ਆਮ ਮੰਨਦੇ ਹਾਂ। ਇਹ ਲੱਖ ਲੱਖ ਰੁਪਏ, ਡੇਢ ਡੇਢ ਲੱਖ ਰੁਪਏ ਤਨਖਾਹਾਂ, ਢਾਈ ਢਾਈ ਲੱਖ ਲਈ ਜਾਂਦੇ, ਇਹ ਕਦੇ ਆਮ ਹੈ? ਜਿਹਨਾਂ ਤੋਂ ਆਮ ਵਾਲੀ ਇੱਥੇ ਕੋਈ ਗੱਲ ਨਹੀਂ ਹੈ। ਔਰ ਸਭ ਤੋਂ ਜ਼ਿਆਦਾ ਮੈਂ ਸਮਝਦਾ ਜਿਹੜੇ ਦਲਿਤ ਭਾਈਚਾਰੇ ਤੋਂ ਚਿੰਤ ਕੇ ਜਾਂਦੇ ਔਰ ਆਪਣੀ ਆਵਾਜ਼ ਬੁਲੰਦ ਨਹੀਂ ਕਰਦੇ, ਸਭ ਤੋਂ ਜ਼ਿਆਦਾ ਨੁਕਸਾਨ ਸਮਾਜ ਦਾ ਉਹ ਕਰਦੇ ਪਏ। ਹੁਣ ਕਿੰਨੀ ਦੇਰ ਲਈ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ? ਹਾਲੇ ਅਸੀਂ ਕਦੀ ਕਹਿੰਦੇ ਜਿੰਨੀ ਦੇਰ ਸਾਨੂੰ ਕੋਈ ਮੈਸੇਜ ਨਹੀਂ ਲੱਗਦਾ ਸਰਕਾਰ ਵੱਲੋਂ, ਉਨੀ ਦੇਰ ਅਸੀਂ ਪ੍ਰਦਰਸ਼ਨ ਕਰਾਂਗੇ। ਇਸੇ ਤਰ੍ਹਾਂ ਧਰਨਾ ਪ੍ਰਦਰਸ਼ਨ ਇਸੇ ਤਰ੍ਹਾਂ ਚੱਲੇਗਾ ਪ੍ਰਦਰਸ਼ਨ, ਔਰ 6 ਤਰੀਕ ਨੂੰ ਅਸੀਂ ਅੰਮ੍ਰਿਤਸਰ ਦੇ ਵਿੱਚ ਇਸ ਤੋਂ ਵੀ ਵੱਡਾ ਜਿਹੜਾ ਇਕੱਠ ਲੈ ਕੇ ਜਾਵਾਂਗੇ, ਪਰ ਅੰਮ੍ਰਿਤਸਰ ਦੇ ਵਿੱਚ ਜਿਹੜਾ ਧਰਨਾ ਪ੍ਰਦਰਸ਼ਨ ਅਸੀਂ ਕਰਾਂਗੇ। ਔਰ ਜਲੰਧਰ ਜਿੱਥੇ ਜਿਮਣੀ ਚੋਣ ਹੋਣੀ ਆ, ਮੈਂ ਸਿਆਸਤ ਨਹੀਂ ਕਰਦਾ ਪਰ ਮੈਂ ਇਹਨਾਂ ਦੇ ਨੱਕ 'ਚ ਦਮ ਕਰ ਦੂੰਗਾ ਜੇ ਮੁਲਾਜ਼ਮਾਂ ਦੇ ਨਾਲ ਕਿਤੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਜੇ ਇਹਨਾਂ ਨੂੰ ਜਿਹੜੀ ਬਿਨਾਂ ਸ਼ਰਤ ਪੱਕਿਆ ਨਹੀਂ।